ਡਿਸਟ੍ਰੀਬਿਊਟਰ ਲਾਤਾ ਚਲਾਤਾ ਪੀਕ ਚੱਲ ਇਹਨ ਹੈਗੀ ਆ ਦੀਦੀ ਕਲੱਚ ਜਿਵੇਂ ਆਪਾਂ ਨੋਆ ਇਹ ਪਹਿਲੇ ਗੇਅਰ ਦੇ ਵਿੱਚ ਇੰਨੀ 1000 ਚੱਕਰ ਤੇ ਇੰਨਾ ਤੋਰਾ ਜੀ ਇਹਦਾ ਤੁਹਾਡੀ 55 ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਅੱਜ ਤੁਹਾਨੂੰ ਅਸੀਂ ਬਹੁਤ ਵਧੀਆ ਜਾਣਕਾਰੀ ਦੇਣੀ ਆ ਅਗਲੇ ਸੀਜ਼ਨ ਵਾਸਤੇ ਜਿਹੜਾ ਝੋਨੇ ਦਾ ਸੀਜ਼ਨ ਆ ਰਿਹਾ ਉਹਦੇ ਵਿੱਚ ਆਪਾਂ ਬਿਨਾਂ ਲੇਬਰ ਤੋਂ ਜਿਹੜੀ ਰੇਹ ਖਿਲਰਦੀ ਆ ਤੇ ਉਹ ਕਿਵੇਂ ਖਿਲਰਦੀ ਆ ਆਪਾਂ ਆਪਦੇ ਵਾਸਤੇ ਆਪਦੇ ਖੇਤ ਵਾਸਤੇ ਨਿੱਕਾ ਜਿਹਾ ਜਗਾੜ ਆ ਤਿਆਰ ਕੀਤਾ ਬਹੁਤ ਵਧੀਆ ਜਗਾੜ ਆ ਇਹ ਪਹਿਲਾਂ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਟਰੈਕਟਰ ਬਾਰੇ ਇਹ ਟਰੈਕਟਰ ਆ ਜੀ ਕਬੋਟਾ ਕੰਪਨੀ ਦਾ L4508 ਇਹ ਟਰੈਕਟਰ ਦੀ ਖਾਸੀਅਤ ਇਹ ਆ ਵੀ ਇਹ ਸਾਰੀਆਂ ਕੰਪਨੀਆਂ ਨਾਲੋਂ ਟਰੈਕਟਰ ਦਾ ਵਜ਼ਨ ਘੱਟ ਆ 13.5 ਕੁਇੰਟਲ ਇਸ ਟਰੈਕਟਰ ਦਾ ਵਜ਼ਨ ਆ ਜੀ ਸਭ ਤੋਂ ਘੱਟ ਵਜ਼ਨ ਵਾਲਾ ਟਰੈਕਟਰ ਆ 4x4 ਆ 45 HP ਆ 4 ਸਿਲੰਡਰ ਆ ਜਿਹੜੀ ਇਹਦੀ ਖਾਸੀਅਤ ਆ ਫਿਰ ਉਦੋਂ ਬਾਅਦ ਤੁਹਾਨੂੰ ਜਿਹਦੀ ਜਾਣਕਾਰੀ ਦੇਈਏ ਵੀ ਜਿਹੜੇ ਆ ਟਾਇਰ ਆ ਇਹ 16-18 ਦੇ ਆ ਜੀ ਜਿਹੜਾ ਮਤਲਬ ਕਿ ਇਹਨਾਂ ਦਾ ਆਪਸ ਮੇਂ ਸਹੀ ਰੇਸ਼ੋ ਰਲਦੀ ਆ ਵੀ ਕਈ ਛੋਟੇ ਵੱਡੇ ਪੈ ਜਾਣ ਤਾਂ ਇਹ ਮੂਹਰਲੇ ਟਰੈਕਟਰ ਆ ਜਿਹੜੇ ਮਤਲਬ ਕਿ ਸਲੈਪ ਨਾ ਮਾਰਨ ਕਿਉਂਕਿ ਇੱਕੋ ਜਿਹੀ ਰੇਸ਼ੋ ਆ ਟਰੈਕਟਰਾਂ ਟਰੈਕਟਰ ਦੀ ਖਚਾਈ ਦੀ ਫਿਰ ਆ ਜੋ ਅੱਗੇ ਜੀ ਆਪਾਂ ਜੀ ਇਹ ਪੀਕ ਲਾਈ ਆ ਮੂਹਰੇ ਰੇਹ ਖਿਲਾਰਨ ਵਾਸਤੇ ਇਹ ਮੂਹਰੇ ਕਿਉਂ ਲਾਈ ਆ ਉਹਦੀ ਵੀ ਤੁਹਾਨੂੰ ਦੱਸਦੇ ਹਾਂ ਜਾਣਕਾਰੀ ਦਿੰਦੇ ਪੂਰੀ ਇੱਕ ਤਾਂ ਜੀ ਇਹ 5 ਗੱਟਿਆਂ ਦੀ ਪੀਕ ਆ ਬਾਈ ਮਾਸਟਰਮਾਈਂਡ ਵਾਲੇ ਤੋਂ ਆਪਾਂ ਲਿਆਂਦੀ ਆ ਅਤੇ ਉਹ ਜ਼ਿਆਦਾ ਤਾਂ ਟਰੈਕਟਰ ਦੇ ਪਿੱਛੇ ਫਿੱਟ ਕਰਕੇ ਦਿੰਦਾ ਪਰ ਆਪਾਂ ਨਵੀਂ ਤਕਨੀਕ ਨਾਲ ਇਹ ਟਰੈਕਟਰ ਦੇ ਮੂਹਰੇ ਫਿੱਟ ਕੀਤੀ ਆ ਮੂਹਰੇ ਫਿੱਟ ਕਰਨ ਦਾ ਕਾਰਨ ਇਹ ਆ ਵੀ ਇਹ ਮੂਹਰੋਂ ਜਦੋਂ ਆਪਾਂ ਨੂੰ ਉੱਤੇ ਬੈਠਿਆਂ ਨੂੰ ਝੋਨੇ ਦੇ ਵਿੱਚ ਜਦੋਂ ਆਪਾਂ ਰੇਹ ਖਿਲਾਰਨੀ ਹੋਈ ਤਾਂ ਆਪਾਂ ਨੂੰ ਇਹ ਦੂਰੋਂ ਦਿਸੂਗੀ ਰੇਹ ਡਿੱਗਦੀ ਪਾਣੀ ਦੇ ਵਿੱਚ ਜਿਵੇਂ ਕਣੀਆਂ ਡਿੱਗਦੀਆਂ ਹੁੰਦੀਆਂ ਇਸ ਤਰ੍ਹਾਂ 55 ਫੁੱਟ ਦਾ ਏਰੀਆ ਇਹ ਕਵਰ ਕਰੂਗੀ ਫਿਰ ਇਹ ਪੀਕ ਆਪਾਂ ਗੇਅਰ ਵਾਲੀ ਪੀਕ ਨਹੀਂ ਲਈ ਉਸ ਬਾਈ ਤੋਂ ਆਪਾਂ ਪ੍ਰੈਸ਼ਰ ਵਾਲੀ ਡਿਸਟ੍ਰੀਬਿਊਟਰ 'ਤੇ ਚੱਲਦੀ ਹੈ ਇਹ ਇੱਕ ਵਾਰੀ ਡਿਸਟ੍ਰੀਬਿਊਟਰ ਆ ਦਿਖਾ ਦਿਓ ਡਿਸਟ੍ਰੀਬਿਊਟਰ ਆਪਣਾ ਇੱਥੇ ਲਾਇਆ ਹੋਇਆ ਇੱਕ ਵਾਰੀ ਬਸ ਇਹਨੂੰ ਅੱਗੇ ਨੂੰ ਕਰਨਾ ਅਤੇ ਪੀਕ ਚੱਲ ਪੈਣੀ ਆ ਅਤੇ ਆਪਣਾ 5 ਗੱਟੇ ਰੇਹ ਦੇ 5 ਕਿੱਲਿਆਂ ਦੇ ਇੱਕੋ ਵਾਰੀ ਪੈ ਜਾਣੇ ਆ ਅਤੇ ਤਕਰੀਬਨ ਕੋਈ 15 ਕੁ ਮਿੰਟ 20 ਮਿੰਟ ਮੰਨ ਕੇ ਚੱਲੋ ਵੀ ਇਹਦੇ ਆਪਣੇ ਲੱਗਣੇ ਆ ਰੇਹ ਖਿਲਾਰਨ ਦੇ 5 ਕਿੱਲਿਆਂ 'ਚ ਹੋਰ ਖਾਸੀਅਤ ਤੁਹਾਨੂੰ ਇਹਦੀ ਚੱਲਦੀ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਤੁਹਾਨੂੰ ਟਰੈਕਟਰ ਦੀ ਆਵਾਜ਼ ਬਾਰੇ ਵੀ ਵਿਖਾ ਦਿੰਦੇ ਹਾਂ ਟਰੈਕਟਰ ਦੀ ਖਾਸੀਅਤ ਇੱਕ ਹੋਰ ਆ ਆ ਜੋ ਤੁਹਾਨੂੰ ਵਿਖਾਉਣਾ ਮੈਂ ਇਹਦੀ ਖਾਸੀਅਤ ਕੀ ਆ ਵੀ ਇਹ ਟਰੈਕਟਰ ਕਿਸੇ ਵੀ ਕਿਸੇ PTO ਗੇਅਰ 'ਚ ਖੜ੍ਹਾ ਹੋਵੇ ਜਾਂ ਕਿਸੇ ਹੋਰ ਗੇਅਰ 'ਚ ਖੜ੍ਹਾ ਹੋਵੇ ਇਹ ਸਟਾਰਟ ਨਹੀਂ ਹੁੰਦਾ ਆਮ ਹਾਈਲੋ ਗੇਅਰ ਲੱਗਾ ਹੋਵੇ ਕੋਈ ਟਰੈਕਟਰ ਵੀ ਨਹੀਂ ਸਟਾਰਟ ਹੁੰਦਾ ਇਹਦੇ 'ਚ ਹੋਰ ਖਾਸੀਅਤ ਆ ਵੀ ਇੱਕ ਤਾਂ ਕੋਈ PTO ਵਾਲਾ ਗੇਅਰ ਲੱਗਾ ਹੋਵੇ ਤਾਂ ਵੀ ਨਹੀਂ ਇਹਨੇ ਸਟਾਰਟ ਹੋਣਾ ਅਤੇ ਹਾਈਲੋ ਤਾਂ ਨਿਊਟਰਲ ਆ ਚਾਰੋ ਮੇਨ ਹੈਗੀ ਇਹਦੀ ਜੀ ਕਲੱਚ ਜਿਵੇਂ ਆਪਾਂ ਨੋਵਾ ਗੱਡੀ ਨੂੰ ਕਲੱਚ ਆਉਂਦਾ ਹੈ ਇਹ ਕਲੱਚ ਨੱਪੋ ਫਿਰ ਸਟਾਰਟ ਹੋਊਗਾ ਜੀ ਇਹਦੀ ਇੱਕ ਇਹ ਖਾਸੀਅਤ ਆ ਫਿਰ ਆ ਜਾਓ ਤੁਹਾਨੂੰ ਪੀਕ ਬਾਰੇ ਦੱਸਦਾ ਆਹ ਦੇਖੋ ਆਪਾਂ ਡਿਸਟ੍ਰੀਬਿਊਟਰ ਲੱਗਾ ਅਤੇ ਆਪਾਂ ਡਿਸਟ੍ਰੀਬਿਊਟਰ ਲਾਤਾ ਚਲਾਤਾ ਪੀਕ ਚੱਲ ਪਈ ਆ ਜੀ ਫਿਰ ਦੇਖੋ ਜੀ ਤੁਸੀਂ ਜਿੰਨੀ ਮਰਜ਼ੀ ਰੇਸ ਕਰੀ ਜਾਓ 1000 ਚੱਕਰ 'ਤੇ ਇਹ ਪੂਰੀ ਰੇਹ 55 ਫੁੱਟ ਸਿੱਟੂਗੀ ਇੱਕ ਇਹਦੀ ਇਹ ਖਾਸੀਅਤ ਆ ਜੀ ਫਿਰ 4x4 ਲਾ ਕੇ ਆਪਾਂ ਝੋਨੇ 'ਚ ਰੇਹ ਖਿਲਾਰ ਕੇ ਤੁਹਾਨੂੰ ਦਿਖਾਵਾਂਗੇ ਜਦੋਂ ਝੋਨਾ ਸਟਾਰਟ ਕੀਤਾ ਅਤੇ ਅਗਲੀ ਵੀਡੀਓ ਆਪਾਂ ਤੁਹਾਨੂੰ ਜਿੱਦਣ ਰੇਹ ਖਿਲਾਰੀ ਉਦਣ ਪਾਵਾਂਗੇ ਬਹੁਤ ਵਧੀਆ ਤਕਨੀਕ ਨਾਲ ਅਸੀਂ ਤਿਆਰ ਕੀਤੀ ਆ ਜੀ ਚੀਜ਼ ਆਪਦੇ ਵਾਸਤੇ ਅਤੇ ਪਿੱਛੇ ਇਹਦੇ ਅਸੀਂ ਡਰੰਮ ਪਾਇਆ ਜੀ ਸਪਰੇਅ ਵਾਸਤੇ ਤੁਸੀਂ ਦੂਰਾ ਕੰਮ ਵੀ ਕਰ ਸਕਦੇ ਆ ਮੰਨ ਕੇ ਚੱਲੋ ਮੂਹਰੇ ਰੇਹ ਖਿਲਰੂਗੀ ਮਗਰ ਸਪਰੇਅ ਜਿਵੇਂ ਮਰਜ਼ੀ ਹੋਈ ਜਾਵੇ ਕੋਈ ਦਿੱਕਤ ਨਹੀਂ ਗੀ ਸਪਰੇਅ ਨਾ ਵੀ ਕਰੋ ਕੋਈ ਚੱਕਰ ਨਹੀਂ ਗਾ ਪਰ ਪੱਕੇ ਤੌਰ 'ਤੇ ਮਗਰ ਇਹ ਲਾਇਆ ਕੇਰਾਂ ਅਸੀਂ ਗੰਨ ਲਾਇਆ ਅਸੀਂ ਐਤਕੀ ਤਕਰੀਬਨ ਗੰਨ ਨਾਲ ਸਪਰੇਅ ਕਣਕ 'ਤੇ ਵੀ ਕੀਤੀ ਆ ਗੋਭੀ 'ਤੇ ਵੀ ਕਰਦੇ ਰਹੇ ਹਾਂ ਸਾਨੂੰ ਬਹੁਤ ਸੋਹਣੇ ਰਿਜ਼ਲਟ ਮਿਲੇ ਇਹਦੇ
ਤੇ ਐਤਕੀ ਅਸੀਂ ਝੋਨੇ ਤੇ ਇਹਦੇ ਨਾਲ ਬਾਸਮਤੀ 1509 ਤੇ ਵੀ ਸਪਰੇਅ ਕਰਾਂਗੇ ਤੇ ਰੇ ਵੀ ਅਸੀਂ ਇਹਦੇ ਨਾਲ ਪਾਵਾਂਗੇ। ਜੇ ਨਾ ਸਾਨੂੰ ਸਪਰੇਅ ਵਾਲਾ ਕੰਮ ਫਿੱਟ ਬੈਠਾ ਤਾਂ ਫਿਰ ਅਸੀਂ ਇਹਦੇ ਮੂਹਰੇ ਬੂਮ ਤਿਆਰ ਕਰਾਵਾਂਗੇ, ਉਹਦਾ ਤਕਰੀਬਨ ਕੋਈ ਖਰਚਾ 1,00,000 ਰੁਪਈਏ ਦਾ ਸਾਨੂੰ ਹੋਰ ਆਊਗਾ। ਤੇ ਇਹ ਤੁਹਾਨੂੰ ਜਾਣਕਾਰੀ ਅਸੀਂ ਪੂਰੀ ਇਸ ਬਾਰੇ ਦੇਤੀ ਆ। ਜੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੇ ਚੈਨਲ 'ਤੇ ਆ ਕੇ ਤੁਸੀਂ ਮੈਸੇਜ ਵਗੈਰਾ ਭੇਜ ਸਕਦੇ ਹੋ, ਕਰ ਸਕਦੇ ਹੋ, ਪੁੱਛ ਸਕਦੇ ਹੋ ਵੀ ਕਿੱਥੋਂ ਤਿਆਰ ਕਰਾਇਆ, ਕਿਵੇਂ ਕਰਾਇਆ, ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਅਤੇ ਅਗਲੀ ਵੀਡੀਓ ਆਪਾਂ ਤੁਹਾਨੂੰ ਹਫ਼ਤੇ ਤਾਂ ਹੀ ਇਹਦੀ ਫੇਰ ਪਾਵਾਂਗੇ। ਅਸੀਂ ਤਕਰੀਬਨ ਥੱਲੇ ਗੱਟਾ ਗੱਟਾ ਸੁਪਰ ਰੇਹ ਦਾ ਖਿਲਾਰਨਾ ਹੈ, ਆਪਣਾ ਬਾਸਪਤੀ ਸ਼ੁਰੂ ਹੋਣ ਤੋਂ ਪਹਿਲਾਂ ਗੱਟਾ ਗੱਟਾ ਸੁਪਰ ਦਾ ਖਿਲਾਰਾਂਗੇ ਅਤੇ ਇਹਨੂੰ ਚੱਲਦੇ ਨੂੰ ਵੀ ਵਿਖਾਵਾਂਗੇ ਵੀ ਕਿੱਥੋਂ ਤਾਂ ਹੀ ਇਹ ਰੇਹ ਸਿੱਟੂਗਾ, ਅਤੇ ਪੂਰੀ ਜਾਣਕਾਰੀ ਤੁਹਾਨੂੰ ਇਹਦੀ ਦੇਵਾਂਗੇ। ਜੇ ਤੁਹਾਨੂੰ ਇਹਦੀ ਜਾਣਕਾਰੀ ਚੰਗੀ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ। ਅਗਲੀ ਵੀਡੀਓ ਤੁਹਾਨੂੰ ਪਾਵਾਂਗੇ ਜਿੱਦਣ ਇਹ ਦੁਬਾਰਾ ਆਪਾਂ ਚਲਾਵਾਂਗੇ। ਧੰਨਵਾਦ ਜੀ।